ਖਾਲਸਾ ਕਾਲਜ ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਖਾਲਸਾ ਕਾਲਜ ਪਟਿਆਲਾ, ਅਕਾਲ ਚੈਨਲ ਯੂਕੇ ਅਤੇ ਰੋਜ਼ਾਨਾ ਪੰਜਾਬ ਟਾਈਮਸ ਜਲੰਧਰ ਦੇ ਸਹਿਯੋਗ ਨਾਲ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਆਯੋਜਿਤ 6ਵਾਂ ਪੰਜਾਬੀ ਮੀਡੀਆ ਪੁਰਸਕਾਰ 2018 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ, ਜਦੋਂ ਕਿ ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਧਾਨਗੀ ਮੰਡਲ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਕੱਤਰ ਗਵਰਨਿੰਗ ਕਮੇਟੀ ਖਾਲਸਾ ਕਾਲਜ ਪਟਿਆਲਾ ਡਾ. ਰੂਪ ਸਿੰਘ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਸ਼ਾਮਲ ਸਨ। ਇਸ ਮੌਕੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਵੀ ਸ਼ਿਰਕਤ ਕੀਤੀ। ਇਸ ਮੀਡੀਆ ਪੁਰਸਕਾਰ ਸਮਾਗਮ ਦੇ ਮੌਕੇ ਤੇ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਮੀਡੀਆ ਅਕੈਡਮੀ ਵੱਲੋਂ ਕੀਤਾ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਦਾ ਰੋਲ ਹੁੰਦਾ ਹੈਗਾ ਸਾਡੇ ਸਮਾਜ ਦੀਆਂ ਤਰੱਕੀਆਂ ਦੇ ਵਾਸਤੇ, ਸਾਡੇ ਸਮਾਜ ਨੂੰ ਹਰ ਪੱਖ ਤੋਂ ਚੇਤਨ ਕਰਨ ਵਾਸਤੇ ਮੀਡੀਆ ਜਿਹੜਾ ਕੰਮ ਕਰਦਾ, ਭਾਵੇਂ ਸਿਆਸਤ ਹੋਵੇ, ਰਾਜਨੀਤੀ ਹੋਵੇ, ਸੱਭਿਆਚਾਰ ਹੋਵੇ, ਖੇਡਾਂ ਹੋਵੇ। ਇਸ ਕਰਕੇ ਮੈਂ ਸਮਝਦਾ ਮੀਡੀਆ ਦਾ ਵੱਡਾ ਰੋਲ ਹੈ। ਇਹ ਅੱਜ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅਕੈਡਮੀ ਵੱਲੋਂ ਕੀਤਾ ਜਾ ਰਿਹਾ, ਮੈਂ ਇਹਦੀ ਬਹੁਤ ਸ਼ਲਾਘਾ ਕਰਦਾ ਹਾਂ। ਸਾਹਿਬ ਬਲਜੀਤ ਸਿੰਘ ਬਰਾੜ ਉਹਨਾਂ ਨੇ ਕੀਤਾ ਹੈ, ਸਨਮਾਨਿਤ ਕੀਤਾ ਹੈ, ਉਹਨਾਂ ਸ਼ਖਸੀਅਤਾਂ ਨੂੰ ਕੀਤਾ ਹੈ ਜਿਹੜੀਆਂ ਸਮਾਜ ਦੇ ਵਿੱਚ ਬਹੁਤ ਚੰਗੇ ਅਤੇ ਬਹੁਤ ਵਧੀਆ ਕੰਮ ਕਰ ਰਹੇ ਨੇ, ਖਾਸ ਕਰਕੇ ਪੰਜਾਬੀ ਦੇ ਲਈ ਕੰਮ ਕਰ ਰਹੇ ਨੇ। ਜਦੋਂ ਅਸੀਂ ਉਹਨਾਂ ਲੋਕਾਂ ਨੂੰ ਸਨਮਾਨ ਕਰਦੇ ਹਾਂ ਤਾਂ ਹੋਰ ਵੀ ਇੱਜ਼ਤਮਾਨ ਵੱਧ ਜਾਂਦਾ, ਉਹਨਾਂ ਦਾ ਹੋਰ ਜੀ ਕਰਦਾ ਕਿ ਹੋਰ ਵੀ ਕੰਮ ਕਰੀਏ। ਸੋ ਕਿਉਂਕਿ ਮੀਡੀਆ ਦਾ ਯੁੱਗ ਹੈ, ਮੀਡੀਆ ਤੋਂ ਬਿਨਾਂ ਕੋਈ ਗੱਲ ਚੱਲਦੀ ਨਹੀਂ। ਅੱਜ ਦੁਨੀਆ ਦੇ ਵਿੱਚ ਮੀਡੀਆ ਹਰ ਜਗ੍ਹਾ ਦੇ ਉੱਤੇ ਪਹੁੰਚਿਆ ਹੋਇਆ।